ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਮਨਰਾਜਦੀਪ ਝੱਠਾ। ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ। ਭਾਰਤ ਵਿੱਚ ਅਮੈਂਡਡ ਮੋਟਰ ਵਹੀਕਲ ਐਕਟ 2019 ਦੇ ਚੱਲਦਿਆਂ ਭਾਰਤੀ ਨਾਗਰਿਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ ਇਹ ਐਕਟ ਪੂਰੀ ਤਰ੍ਹਾਂ ਸਿਰਫ 4 ਸਟੇਟਸ ਦੇ ਵਿੱਚ ਲਾਗੂ ਕੀਤਾ ਗਿਆ ਹੈ, ਪੂਰੇ ਇੰਡੀਆ ਦੇ ਵਿੱਚ ਨਹੀਂ, ਜਿਸ ਦੇ ਚੱਲਦਿਆਂ ਪੰਜਾਬੀ ਸਿੰਗਰਸ ਅਤੇ ਲਿਰਿਸਿਸਟ ਵੀ ਇਸ ਮਾਮਲੇ ਨੂੰ ਨਜ਼ਰਅੰਦਾਜ਼ ਨਹੀਂ ਕਰ ਪਾ ਰਹੇ। ਜਿਸ ਤੋਂ ਬਾਅਦ ਹੁਣ ਰੇਸ਼ਮ ਸਿੰਘ ਅਨਮੋਲ ਨੇ ਆਪਣੇ ਇੰਸਟਾਗ੍ਰਾਮ ਹੈਂਡਲ ਦੇ ਉੱਤੇ ਇੱਕ ਫੋਟੋ ਸ਼ੇਅਰ ਕੀਤਾ ਹੈ, ਜਿਸ ਵਿੱਚ ਉਹ ਆਪਣੀ ਅਪਕਮਿੰਗ ਮਿਊਜ਼ਿਕ ਵੀਡੀਓ ਦੀ ਟੀਮ ਦੇ ਨਾਲ ਬੈਠ ਕੇ ਲੰਚ ਕਰਦੇ ਨਜ਼ਰ ਆ ਰਹੇ ਹਨ। ਉਹਨਾਂ ਨੇ ਫੋਟੋ ਦੀ ਕੈਪਸ਼ਨ ਦੇ ਵਿੱਚ ਲਿਖਿਆ ਕਿ ਸਾਰਾ ਦਿਨ ਰੋਟੀਆਂ ਕਰਕੇ ਹੀ ਫਿਰਦੇ ਹਾਂ, ਸ਼ੁਕਰ ਹੈ ਤੇਰਾ ਜੋ ਮਿਲੀ ਜਾਂਦੀ ਹੈ। #ਨੈਕਸਟ ਸੌਂਗ # ਚਲਾਨ ਵੈਰੀ ਸੂਨ। ਜਿਸ ਤੋਂ ਇਹ ਸਾਫ਼ ਜ਼ਾਹਿਰ ਹੁੰਦਾ ਹੈ ਕਿ ਉਹਨਾਂ ਦੀ ਅਪਕਮਿੰਗ ਮਿਊਜ਼ਿਕ ਵੀਡੀਓ ਮੋਟਰ ਵਹੀਕਲ ਐਕਟ 2019 ਦੇ ਉੱਤੇ ਆਧਾਰਿਤ ਹੋਵੇਗੀ। ਲੇਟੈਸਟ ਅਪਡੇਟਸ ਲਈ ਜੁੜੇ ਰਹੋ ਦੈਨਿਕ ਸਵੇਰਾ ਟੀਵੀ ਦੇ ਨਾਲ। ਫੋਲੋ ਕਰੋ ਸਵੇਰਾ ਸਟਾਰਟਅਪਸ ਨੂੰ।